ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਬਾਬਾ ਫਰੀਦ ਸੰਸਥਾਵਾਂ ਦੀ ਕਮੇਟੀ ਵੱਲੋਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਿਤੀ 19 ਤੋਂ 23 ਸਤੰਬਰ ਤੱਕ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਨੂੰ ਮਨਾਉਣ ਵਾਸਤੇ ਤਿਆਰੀਆਂ ਕਿਸ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ, ਇਸ ਤੇ ਵਧੇਰੇ ਜਾਣਕਾਰੀ ਦੇਣਗੇ ਡਾਕਟਰ ਗੁਰਿੰਦਰ ਮੋਹਨ ਸਿੰਘ ਜੀ, ਅਤੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੀਕੇ ਪੰਜਾਬ ਚੈਨਲ ਯੂਟਿਊਬ ਤੇ ਵਿਖਾਇਆ ਜਾਵੇਗਾ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਬਾ ਫਰੀਦ ਆਗਮਨਪੁਰ, ਜਿਹੜਾ ਕਿ 23 ਸਤੰਬਰ ਨੂੰ ਮਨਾਇਆ ਜਾਂਦਾ, ਅਸੀਂ ਮਨਾਉਣ ਜਾ ਰਹੇ ਹਾਂ। ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਕਿ 1969 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ, ਪਰ ਐਸ ਕਿ ਅਸੀਂ 55ਵਾਂ ਇਹ ਆਗਮਨਪੁਰ ਮਨਾਉਣ ਜਾ ਰਹੇ ਹਾਂ। ਉਹਨਾਂ ਦੇ ਸਰਪ੍ਰਸਤੀ ਉਹਨਾਂ ਦੇ ਹੇਠਾਂ ਅਸੀਂ ਹਰ ਸਾਲ ਮਨਾਉਂਦੇ ਰਹੇ ਹਾਂ। ਇਸ ਸਾਲ ਸਾਡੇ ਵਿੱਚ ਉਹ ਨਹੀਂ ਰਹੇ, ਅਸੀਂ ਉਹਨਾਂ ਨੂੰ ਸਿਰ ਚੁਕਾ ਕੇ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਅਸੀਂ ਉਹਨਾਂ ਦੇ ਮਾਰਗ 'ਤੇ ਚੱਲ ਕੇ ਅਸੀਂ ਇਹ ਮਨਾਉਣ ਜਾ ਰਹੇ ਹਾਂ। ਇਹ ਅਸੀਂ ਸਾਰੀ ਜਿਹੜੀ ਮੈਨੇਜਮੈਂਟ ਕਮੇਟੀ ਜੋ ਬਣਾਈ ਗਈ ਹੈ ਬਾਅਦ ਦੇ ਵਿੱਚ ਬਣੀ, ਉਹਨਾਂ ਦੇ ਬਾਅਦ ਵਿੱਚ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਸਹਿਯੋਗ ਨਾਲ ਅਸੀਂ ਮਨਾਉਣ ਜਾ ਰਹੇ ਹਾਂ। ਇਹ ਮੇਲਾ 12 ਤਰੀਕ ਨੂੰ, 12 ਸਤੰਬਰ ਨੂੰ ਅਸੀਂ ਪਹਿਲਾਂ ਬੱਚਿਆਂ ਦੇ ਪੇਪਰ, ਲੇਖ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਕੀਰਤਨ ਸਮਾਗਮ, ਜਿਹੜੇ ਕਿ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੇ ਗੁਰਦੁਆਰਾ ਗੋਬਿੰਦ ਸਾਹਿਬ ਵਿਖੇ। ਅਲੱਗ ਅਲੱਗ ਸਕੂਲਾਂ ਦੇ ਵਿੱਚ 8ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਇਸ ਪਾਰਟੀਸਪੇਟ ਕਰਨਗੇ। ਇਹਨਾਂ ਵਿੱਚ ਫਸਟ ਪ੍ਰਾਈਜ਼ ਦਿੱਤਾ 10,000 ਰੁਪਇਆ, ਸੈਕਿੰਡ 7,000 ਰੁਪਇਆ, ਤੀਜਾ 5,000 ਰੁਪਇਆ ਇਹ ਇਨਾਮ ਦੇ ਰੱਖੇ ਗਏ ਹਨ। 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਹੋਣਗੇ, ਜਿਸਦਾ ਉਦਘਾਟਨ ਸਾਹਿਬ ਸ਼੍ਰੀ ਗੁਰੂ ਸੁਖਮਨੀ ਸਾਹਿਬ ਦੇ ਪਾਠ ਅਤੇ ਬਾਬਾ ਫਰੀਦ ਦੇ ਸਲੋਕਾਂ 'ਤੇ ਸ਼ੁਰੂਆਤ ਕੀਤੀ ਜਾਊਗੀ ਗੁਰਦੁਆਰਾ ਟਿੱਲਾ ਸਾਹਿਬ ਵਿਖੇ। ਸਵੇਰੇ 7:30 ਤੋਂ ਲੈ ਕੇ 8 ਵਜੇ ਤੱਕ ਇਹ ਸ਼ੁਰੂਆਤ ਕੀਤੀ ਜਾਏਗੀ। ਉਹਨਾਂ ਤੋਂ ਬਾਅਦ ਰਾਤ ਨੂੰ 19 ਤਰੀਕ ਰਾਤ ਨੂੰ ਕਥਾ ਅਤੇ ਕੀਰਤਨ ਸ਼ਾਮ ਨੂੰ 7 ਤੋਂ ਲੈ ਕੇ 9:30 ਵਜੇ ਤੱਕ ਹੋਏਗਾ ਟਿੱਲਾ ਬਾਬਾ ਫਰੀਦ ਵਿਖੇ। 20 ਤਰੀਕ ਨੂੰ ਇਸੇ ਤਰ੍ਹਾਂ ਹੀ ਰਾਤੀ 7 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਕਥਾ ਅਤੇ ਕੀਰਤਨ ਹੋਏਗਾ। 21 ਤਰੀਕ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਟਿੱਲਾ ਬਾਬਾ ਫਰੀਦ ਵਿਖੇ, ਅਤੇ ਰਾਤ ਨੂੰ ਕਥਾ ਦਰਬਾਰ ਹੋਏਗਾ ਗੁਰਦੁਆਰਾ ਗੋਦੜੀ ਸਾਹਿਬ ਵਿਖੇ। ਗੋਦੜੀ ਸਾਹਿਬ ਵਿਖੇ ਹੀ 22 ਤਰੀਕ ਨੂੰ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਏਗਾ, ਜਿਸ ਵਿੱਚ ਅਲੱਗ ਅਲੱਗ ਰਾਗੀ ਜਥੇ ਦੂਰ ਦੁਰਾਡੇ ਤੋਂ ਆਉਣਗੇ, ਮਹਾਨ ਕੀਰਤਨ ਰਾਗੀ ਜਥੇ ਆਉਣਗੇ। 23 ਤਰੀਕ ਨੂੰ ਸਵੇਰੇ 8 ਵਜੇ ਅਖੰਡ ਪਾਠ ਦੇ ਸਮਾਪਤੀ ਬਾਅਦ ਕੀਰਤਨ, ਅਤੇ 9 ਵਜੇ ਆਪਣੇ ਪੰਜ ਪਿਆਰੇ ਅਤੇ ਪੰਜ ਹੀ ਨਿਸ਼ਾਨ ਸਾਹਿਬਜ਼ਾਦੇ ਦੀ ਹਜ਼ੂਰ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਇੱਕ ਮਹਾਨਗਰ ਕੀਰਤਨ ਆਰੰਭ ਹੋਏਗਾ, ਜਿਹਦਾ ਕਿ ਸਮਾਪਤੀ 1 ਵਜੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਹੋਏਗੀ। ਉੱਥੇ ਗੋਦੜੀ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸਮਾਗਮ ਆਰੰਭ ਹੋਣਗੇ, ਅਤੇ 12 ਵਜੇ ਇਨਾਮ ਵੰਡ ਸਮਾਰੋਹ ਸ਼ੁਰੂ ਹੋਏਗਾ, ਜਿਸਦੇ ਵਿੱਚ ਇੱਕ ਬੱਚਿਆਂ ਨੂੰ ਇਨਾਮ ਦੇ ਜਿਹੜੇ ਪ੍ਰਤੀਯੋਗਤਾ ਵਿੱਚ ਆਏ ਹਨ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ, ਅਤੇ 1 ਵਜੇ ਅਸੀਂ ਜਿਹੜਾ ਕਿ ਸਰਵਿਸ ਫਾਰ ਇਮਿਊਨਿਟੀ ਦੇ ਇੱਕ ਅਵਾਰਡ ਦਿੱਤਾ ਜਾਏਗਾ, ਜਿਸ 1 ਲੱਖ ਰੁਪਇਆ ਦੀ ਥੈਲੀ ਅਤੇ ਜਿਹੜਾ ਹੈਗਾ ਆਪਣਾ ਅਵਾਰਡ ਦਿੱਤਾ ਜਾਏਗਾ। ਉਹ ਅਸੀਂ ਪਿਛਲੇ ਸਾਲ ਤੋਂ ਅਸੀਂ ਇਹ ਜੇ ਚੇਅਰਮੈਨ ਸਾਹਿਬ ਹੁੰਦੇ ਹੀ ਇਹ ਸਮਾਪਤੀ ਕਰ ਦਿੱਤਾ ਸੀ, ਕਿਉਂਕਿ ਇਮਾਨਦਾਰੀ ਨੂੰ ਇੱਕ ਚੁਰੀ ਦਾ ਘੋਖਣਾ ਬਹੁਤ ਔਖਾ, ਅਤੇ ਬਾਅਦ ਦੇ ਵਿੱਚ ਕਈ ਕੁਛ ਲੋਕ ਕਹਿੰਦੇ ਸੀ ਵੀ ਇਹ ਠੀਕ ਹੈ, ਕੁਛ ਲੋਕ ਕਹਿੰਦੇ ਸੀ ਗਲਤ ਹੋਇਆ, ਪਰ ਇਸ ਕਰਕੇ ਅਸੀਂ ਉਸਦੀ
ਸਮਾਪਤੀ ਕਰ ਸਰ ਉਹਦੀ ਇਨਾਮ ਰਾਸ਼ੀ ਕਿੰਨੀ ਹੈ ਕਹਿੰਦਾ ਸਾਹਿਬ ਜਾਂ ਸਨਮਾਨ ਰਾਸ਼ੀ ਕਿੰਨੀ ਹੈ ਪਹਿਲੇ ਇਸ ਤਰ੍ਹਾਂ ਸੀ ਪਹਿਲੇ ਇਸ ਤਰ੍ਹਾਂ ਸੀ ਜੀ ਇੱਕ ਆਪਾਂ ਸੀ ਦੋ ਅਵਾਰਡ ਦਿੱਤੇ ਜਾਂਦੇ ਸੀ ਉਹ ਹੈਗਾ ਸੀ ਭਗਤ ਪੂਰਨ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ ਹੈ ਜਿਹੜਾ ਆਦਮੀ ਇੱਕ ਸੋਸਾਇਟੀ ਲਈ ਕੋਈ ਸੇਵਾ ਕਰ ਰਿਹਾ ਹੋਵੇ ਦੂਜਾ ਅਵਾਰਡ ਸੀ ਬਾਬਾ ਫਰੀਦ ਅਵਾਰਡ ਫਾਰ ਓਨੈਸਟੀ ਜਿਹੜਾ ਕੋਈ ਕੀ ਪੋਸਟ 'ਤੇ ਹੋਵੇ ਅਤੇ ਓਨੈਸਟ ਹੋਵੇ ਉਹ ਹੁਣ ਨਾ ਕੀ ਹੈ ਉਹ ਅਸੀਂ ਅਵਾਰਡ ਬੰਦ ਕਰਤਾ ਜਿਹੜਾ ਓਨੈਸਟੀ ਦਾ ਹੁਣ ਅਸੀਂ ਜਿਹੜਾ ਅਵਾਰਡ ਦਾ ਨਾਂ ਹੈ ਉਹ ਹੈਗੀ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ ਇੱਕ ਜਿਹੜਾ ਪਹਿਲੇ ਸੀ ਨਾ ਕੀ ਹੈ ਭਗਤ ਪੂਰਨ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ ਹੁਣ ਕਰਤਾ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਿਊਮੈਨਿਟੀ ਇਹ ਨਾਂ ਚੇਂਜ ਕਰਤਾ ਔਰ ਖਾਲਸਾ ਦੇ ਟਾਈਮ ਨੇ ਇਹ ਇਹ ਸੁਸਾਇਟੀ ਨੇ ਡਿਸਾਈਡ ਕੀਤਾ ਸੀ ਕਿ ਆਪਾਂ ਸਰਵਿਸ ਟੂ ਹਿਊਮੈਨਿਟੀ ਦਾ ਅਵਾਰਡ ਦੇਈਏ ਨਾ ਕਿ ਓਨੈਸਟੀ ਦਾ ਕਿਉਂਕਿ ਜਦੋਂ ਅਸੀਂ ਓਨੈਸਟੀ ਦਾ ਅਵਾਰਡ ਦਿੰਦੇ ਸੀ ਬਾਅਦ ਦੇ ਵਿੱਚ ਕੋਈ ਲੋਕ ਅੰਤੂ ਪ੍ਰੰਤੂ ਕਰਦੇ ਸੀ ਭਾਵੇਂ ਉਹਦੇ 'ਚ ਕੋਈ ਜ਼ਰੀਤ ਹੈ ਸੀ ਜਾਂ ਨਹੀਂ ਸੀ ਪਰ ਇਹ ਗੱਲ ਸਾਨੂੰ ਅੱਛੀ ਨਹੀਂ ਲੱਗੀ ਇਸ ਕਰਕੇ ਖਾਲਸਾ ਜੀ ਨੇ ਕਾਫੀ ਸਾਲ ਸੋਚ ਕੇ ਉਹ ਅਵਾਰਡ ਬੰਦ ਕਰਤਾ ਉਹ ਅਸੀਂ ਅਖਬਾਰ ਦੇ ਵਿੱਚ ਅੱਜ ਦੇ ਰਹੇ ਹਾਂ ਵੀ ਸਾਨੂੰ 8 ਸਤੰਬਰ ਤੱਕ ਉਹਦੇ ਦਿੱਤੇ ਜਾਣ ਲਿਸਟ ਅਤੇ ਉਹ ਅੱਜ ਅਖਬਾਰਾਂ 'ਚ ਪਹੁੰਚ ਜਾਏਗੀ ਸਾਰੇ ਪੰਜਾਬ ਵਿੱਚ ਵੀ ਸਾਨੂੰ ਐਪਲੀਕੇਸ਼ਨ ਦਿੱਤੇ ਜਾਣ ਉਹ ਫਿਰ ਅਸੀਂ 8 ਤਰੀਕ ਤੋਂ ਬਾਅਦ ਅਸੀਂ ਇਹਦਾ ਸਾਰਾ ਸਰਚ ਕਰਕੇ ਫਿਰ ਉਸਨੂੰ ਅਨਾਊਂਸ ਕਰ ਸਾਡੇ ਕੋਲ ਵੈਸੇ ਵੀ ਕੁਝ ਐਪਲੀਕੇਸ਼ਨ ਆ ਚੁੱਕੀਆਂ ਲੇਕਿਨ ਆਫੀਸ਼ੀਅਲੀ ਕਿਉਂਕਿ ਅਸੀਂ ਹਰ ਸਾਲ ਇਨਾਮ ਦਿੰਦੇ ਹਾਂ ਅਤੇ ਲੋਕਾਂ ਨੂੰ ਆਲਰੇਡੀ ਪਤਾ ਉਹ ਆਲਰੇਡੀ ਸਾਡੇ ਕੋਲ ਕਾਫੀ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਫਿਰ ਵੀ ਫਾਰਮੈਲਿਟੀ ਸੇਕ ਦੀ ਖਾਤਰ ਅਸੀਂ ਪ੍ਰੈਸ ਤੁਹਾਨੂੰ ਨਾ ਕੀ ਹੈ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਨਾ ਕੀ ਹੈ ਅਸੀਂ ਪ੍ਰੈਸ ਨੋਟ ਵੀ ਅੱਜ ਤੁਹਾਨੂੰ ਦਿੰਦੇ ਨੇ ਦਿਆਂਗੇ ਤਾਂ ਕਿ ਅਖਬਾਰਾਂ 'ਚ ਖਬਰ ਵੀ ਲੱਗ ਜਾਏ ਲੋਕਾਂ ਨੂੰ ਹੋਰ ਵੀ ਪਤਾ ਲੱਗ ਜਾਏ ਸਰ ਇਹ ਜਿਹੜਾ ਐਪਲੀਕੇਸ਼ਨ ਦੇਣੀ ਹੈ ਕਿਹੜੀ ਸਾਈਟ 'ਤੇ ਦੇ ਸਕਦੇ ਜਾਂ ਪਰਸਨਲੀ ਜੇ ਦੇਣੀ ਹੋਵੇ ਤਾਂ ਕਿਵੇਂ ਦੇ ਸਕਦੇ ਇਹ ਪਰਸਨਲ ਸਕੂਲ ਦੇ ਸਾਡਾ ਹੈੱਡ ਆਫਿਸ ਹੈ ਜੀ ਅਸੀਂ ਇੱਥੇ ਪਹੁੰਚਾਈਆਂ ਜਾਂ ਬਾਹਰ ਦੇ ਜਾ ਕੇ ਪ੍ਰਿੰਸੀਪਲ ਆਫਿਸ ਜਾਂ ਇੱਥੇ ਆਫਿਸ ਦਿੱਤਾ ਜਾਵੇ ਅਤੇ ਅਸੀਂ ਉਹਨੂੰ ਚੰਗੀ ਤਰ੍ਹਾਂ 8 ਅਪ੍ਰੈਲ ਤੱਕ ਅਸੀਂ ਮੰਗੀਆਂ ਕੋਈ ਔਨਲਾਈਨ ਆਪਸ਼ਨ ਵੀ ਹੈ ਨਹੀਂ ਔਨਲਾਈਨ ਸੀ 8 ਸਤੰਬਰ ਤੱਕ ਅਸੀਂ ਉਸ ਤੋਂ ਬਾਅਦ 2 ਦਿਨ ਬਾਅਦ ਹੀ ਅਸੀਂ ਜਾਂ 3 ਦਿਨ ਬਾਅਦ ਅਸੀਂ ਉਹ ਡਿਕਲੇਅਰ ਕਰ ਦਿਆਂਗੇ ਸਰ ਇਸ ਵਾਰ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਰਹੇਗਾ ਕਿਉਂਕਿ ਪਿਛਲੇ ਵਾਰ ਦੇਖਿਆ ਗਿਆ ਸੀ ਕਿ ਥੋੜ੍ਹਾ ਤਾਲਮੇਲ ਘੱਟ ਹੋਣ ਕਰਕੇ ਪ੍ਰੋਗਰਾਮ ਜਿਹੜੇ ਕਾਫੀ ਜਿਹੜੇ ਪ੍ਰਭਾਵਿਤ ਹੋਏ ਸੀ ਨਹੀਂ ਅਸੀਂ ਇਸ ਤਰ੍ਹਾਂ ਹੀ ਹੈ ਸਾਨੂੰ ਅਸੀਂ DC ਸਾਹਿਬ ਅਤੇ ਸਤਕਾਰ SSP ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਅਤੇ ਉਹ ਸਾਡੇ ਕਰ ਵੀ ਰਹੇ ਹਨ ਸਾਨੂੰ ਪੂਰਾ ਕਰ ਸਰ ਕੋਈ ਸੰਗਤ ਨੂੰ ਕੀ ਅਪੀਲ ਹੈ ਕਿਉਂਕਿ ਕਾਫੀ ਜਿਹੜੀਆਂ ਪਾਰਕ ਕੋਲ ਲੈ ਗਏ ਜਾਂ ਹੋਰ ਕਾਫੀ ਦਿੱਕਤਾਂ ਆਉਂਦੀਆਂ ਉਹ ਕਿਸ ਤਰੀਕੇ ਦਾ ਸਹਿਯੋਗ ਕਰਨ ਔਰ ਜਿਹੜੀ ਤੁਹਾਡੀ ਕਮੇਟੀ ਹੈ ਸੰਗਤ ਦੇ ਨਾਲ ਕਿਸ ਤਰੀਕੇ ਦੇ ਨਾਲ ਜਾਂਦੇ ਅਸੀਂ ਸਾਰਿਆਂ ਨੂੰ ਅਪੀਲ ਹੀ ਕਰਦੇ ਹਾਂ ਕਿ ਜਿਹੜੇ ਸਮਾਗਮ ਜਿਹੜੇ ਹੋ ਰਹੇ ਹਨ ਜਿੰਨੇ ਵੀ ਹੋ ਰਹੇ ਹਨ ਸਮਾਗਮ ਉਹਨੂੰ ਜਿਹੜੇ ਕਿ ਗੱਡੀਆਂ ਚਾਹੁੰਦੇ ਆ ਉਹ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਜਾਣ ਅਤੇ ਜੋੜੇ ਚੰਗੇ ਤਰੀਕੇ ਨਾਲ ਕਰਕੇ ਸਕੇ ਸੰਗਤ ਨੂੰ ਕੋਈ ਕੋਈ ਤਰੀਕੇ ਕੋਈ ਦਿੱਕਤ ਨਾ ਆਵੇ ਵੀ ਸਾਰੇ ਆਰਾਮ ਨਾਲ ਸਾਰਾ ਦਰਸ਼ਨ ਵੀ ਕਰ ਸਕਣ ਅਤੇ ਜੋੜ ਵੇਲੇ 'ਚ ਜੋੜ ਕੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਥਾਂ ਥਾਂ ਦੇ ਰਸਤੇ ਵਿੱਚ ਲੰਗਰ ਲੱਗੇ ਹੁੰਦੇ ਆ ਔਰ ਉਹਦੇ ਵਿੱਚ ਜਿਹੜੇ ਲੰਗਰ ਲਗਾਏ ਜਾਂਦੇ ਆ ਉਹਦੇ 'ਚ ਲੋਕ ਆਪਣਾ ਸਮਾਨ ਟਰੋਲੀ ਲੈ ਕੇ ਆਉਂਦੇ ਆ ਅਤੇ ਉਹਦੀ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈ ਮੈਂ ਸੰਗਤ ਨੂੰ ਅਤੇ ਨਾ ਕਿ ਜਿਹੜੇ ਲੰਗਰ ਲਗਾਉਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਗੱਲ ਦਾ ਪੂਰਾ ਖਿਆਲ ਰੱਖਣ ਅਸੀਂ ਇਹ ਸਮਾਗਮ ਜਿਹੜਾ ਵੀ ਹੈਗਾ ਇਹ ਸਰਦਾਰ ਇੰਦਰਜੀਤ ਖਾਲਸਾ ਜੀ ਦੇ ਇਸ ਸਾਲ ਅਸੀਂ ਸਰਦਾਰ ਸਿਮਰਜੀਤ ਸਿੰਘ ਜੇ ਸਿੱਖ ਉਹਨਾਂ ਦੇ ਵੱਡੇ ਬੇਟੇ ਹਨ ਉਹਨਾਂ ਦੀ ਸਰਪ੍ਰਸਤੀ ਡੇਟ ਮਨਾਉਣ ਜਾ ਰਹੇ 10 ਤਰੀਕ 2022 ਨੂੰ ਇੱਥੇ ਆਫਿਸ ਦੇ ਵਿੱਚ ਜਿਹੜੇ ਕਿ ਰਜਿਸਟਰ ਚੋਰੀ ਹੋਏ ਸੀ ਅਸੀਂ ਉਹ ਦੁਬਾਰਾ ਉਹ ਸਰਦਾਰ ਇੰਦਰਜੀਤ ਖਾਲਸਾ ਦੇ ਹੋਂਦ ਵਿੱਚ ਉਹਨਾਂ ਨੇ ਫਿਰ FIR ਦਰਜ ਕਰਵਾਈ ਗਈ ਸੀ DDR ਕਟਾਈ ਗਈ ਸੀਗੀ ਉਸ ਤੋਂ ਬਾਅਦ ਅਸੀਂ ਦੁਬਾਰਾ ਅਸੀਂ ਰਜਿਸਟਰ ਸਾਰੇ ਮਤੇ ਜੋ ਮੀਟਿੰਗ ਹੁੰਦੀਆਂ ਸੀ ਉਹਦੇ 'ਚ ਸ਼ੁਰੂ ਕੀਤੀਆਂ ਗਈਆਂ
ਅਤੇ ਉਸ ਦਰਮਿਆਨ ਸਿੱਖੋ ਸਾਹਿਬ ਦੇ ਹੁੰਦੇ ਸ਼ੁਰੂ ਕੀਤੇ ਗਏ ਸੀ ਅਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹੜੇ ਸੀਗੇ ਸਰਦਾਰ ਸਿਮਰਜੀਤ ਸਿੰਘ ਉਹਨਾਂ ਦੇ ਵੱਡੇ ਬੇਟੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣ ਕਰਕੇ ਉਹਨਾਂ ਨੂੰ ਅੱਗੇ ਕਿਉਂਕਿ ਉਹਨਾਂ ਡੈਥ ਤੋਂ ਬਾਅਦ ਅਸੀਂ ਉਹਨਾਂ ਨੂੰ ਅੱਗੇ ਫਾਰਵਰਡ ਜਿਸ ਤਰ੍ਹਾਂ ਉਹਨਾਂ ਦਾ ਸਬੂਤ ਕੀਤਾ ਗਿਆ ਅਤੇ ਆਹ ਅਸੀਂ ਦੋ ਸੁਸਾਇਟੀਆਂ ਬਣਾਈਆਂ ਗਈਆਂ ਜਿਹੜੀ ਕਿ ਰਜਿਸਟਰਡ ਹੋਈਆਂ ਆਪਣੇ ਇੱਕ ਤਾਂ ਹੈਗੀ ਹੈ ਬਾਬਾ ਫਰੀਦ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫਰੀਦ ਇਹ ਦੋਨੋਂ ਦੁਬਾਰਾ ਰਜਿਸਟਰਡ ਹੋਈਆਂ ਗਈਆਂ ਸੁਧਾਰ ਹੋਇਆ ਸੀ ਜੋ ਐਡ ਕਰਕੇ ਰਜਿਸਟਰਡ ਕੀਤਾ ਗਿਆ।